ਪੰਜਾਬੀ ਟੇਸ਼ਨ ਨਾਲ ਜੁੜੇ ਹੋ ਤੁਸੀਂ ਤੇ ਮੈਂ ਜੱਸੀ ਵਿੜਾਇਆ। ਦੋਸਤੋ ਅੱਜ ਮੁਲਾਕਾਤ ਬਹੁਤ ਖਾਸ ਹੋਣ ਵਾਲੀ ਹੈ। ਅੱਜ ਆਪਾਂ ਇੱਕ ਫਿਲਮ ਦਾ ਟ੍ਰੇਲਰ ਰਿਲੀਜ਼ ਹੋਇਆ ਜੀ। ਫਿਲਮ ਦਾ ਨਾਮ ਹੈ ਸਾਡੇ ਵਾਲੇ। ਨਾਮ ਦੀ ਗੱਲ ਕਰੀਏ ਤਾਂ ਨਾਮ ਤੋਂ ਜਿਹੜੇ ਅਦਾਕਾਰ ਸਾਡੇ ਨਾਲ ਨੇ ਅੱਜ, ਉਹਨਾਂ ਨੂੰ ਵੇਖਣ ਨਾਲ, ਉਹਨਾਂ ਗੱਲਬਾਤ ਕਰਨ ਤੋਂ ਬਾਅਦ ਲੱਗਦਾ ਵੀ ਨਹੀਂ ਯਾਰ ਸੱਚੀ ਸਾਡੇ ਵਾਲੇ ਨੇ, ਸਾਡੇ ਪਿੰਡਾਂ ਵਾਲਾ ਕਰੈਕਟਰ ਹੈ ਇਹਨਾਂ ਦਾ। ਮਹਾਂਵੀਰ ਭੁੱਲਰ ਜੀ ਸਵਾਗਤ ਹੈ ਜੀ। ਸਤਿ ਸ਼੍ਰੀ ਅਕਾਲ ਜੀ। ਸਰ ਠੀਕ? ਹਾਂ ਜੀ ਵਧੀਆ ਜੀ। ਪੰਜਾਬੀ ਟੈਸਟ ਦੇ ਵੇਖਣ ਵਾਲਿਆਂ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਅੱਛਾ ਜੀ, ਜਿੱਦਾਂ ਮੈਂ ਗੱਲ ਕੀਤੀ ਨਾ ਕਿ ਤੁਸੀਂ ਬਾਲੀਵੁੱਡ ਵੀ ਘੁੰਮਿਆ, ਬਹੁਤ ਸਾਰੀਆਂ ਫਿਲਮਾਂ ਕੀਤੀਆਂ ਨੇ, ਪਰ ਤੁਹਾਡੇ 'ਚੋਂ ਸਾਡੇ ਵਾਲੀ ਝਲਕ ਨਹੀਂ ਗਈ। ਹਮੇਸ਼ਾ ਪੰਜਾਬ ਵਾਲੇ ਕਹਿੰਦੇ ਨੇ ਸਾਡੇ ਵਾਲੇ ਨੇ, ਉਹੀ ਉਹੀ ਮਿੱਟ, ਉਹੀ ਪਿੰਡਾਂ ਦਾ ਰੰਗ, ਉਹੀ ਪਿੰਡਾਂ ਦਾ ਮਾਹੌਲ। ਕੀ ਗੱਲ? ਈਜ਼ੀ ਹੈ ਨਾ? ਈਜ਼ੀ ਹੈ। ਜਿਹੜਾ ਕਾਲੀ ਐਨਕ ਲਾ ਕੇ ਇੱਕ ਨਕਲੀ ਪੰਜ ਆ ਜਿਹੜਾ, ਉਹ ਮੈਂ ਤਾਂ ਉਹਨਾਂ ਨੂੰ ਮਾਣ ਸਮਝਦਾ ਕਿ ਉਹ ਇੰਨਾ ਬੋਝ ਚੁੱਕੀ ਫਿਰਦੇ ਆ। ਬੰਬੇ 14 ਸਾਲ ਰਹਿ ਗਏ ਹੋ ਨਾ, ਉਸ ਤੋਂ ਬਾਅਦ ਫਿਰ ਮੋਹਾਲੀ ਨਹੀਂ, ਫਿਰ ਪਿੰਡ ਹੀ ਠੀਕ ਆ। ਫਿਲਮ ਦੀ ਗੱਲ ਕੀਤੀ ਨਾ ਸਾਡੇ ਵਾਲੇ, ਜੋ ਟ੍ਰੇਲਰ ਵੇਖਿਆ ਨਾ, ਮੈਨੂੰ ਲੱਗਦਾ ਕਿ ਕਾਫੀ ਟਾਈਮ ਤੋਂ ਬਾਅਦ ਇੱਕ ਇੱਦਾਂ ਦੀ ਚੀਜ਼ ਵੇਖਣ ਨੂੰ ਮਿਲੀ ਜਿਹੜੀ ਲੜਾਈ ਆ ਸਾਡੀ, ਦੁਸ਼ਮਣੀ ਆ, ਨੈਚੁਰਲ ਜਿਹਾ ਲੱਗਦਾ ਜੀ। ਅੱਜ ਲੱਗਦਾ ਵੀ ਅੱਜ ਦੀ ਫਿਲਮਾਂ ਦੀ ਲੜਾਈ ਕਮਰਸ਼ੀਅਲ ਜੀ ਹੋ ਗਈ। ਇਹ ਜਿਹੜੇ ਪਿੰਡਾਂ ਦੇ ਵਿੱਚ ਦੁਸ਼ਮਣੀਆਂ ਹੁੰਦੀਆਂ ਵੀ ਆ, ਪਰ ਇੱਕ ਦੂਜੇ ਦੇ ਪ੍ਰਤੀ ਜਿਹੜਾ ਸਾਡੀ ਰਿਸਪੈਕਟ ਹੈ ਨਾ, ਉਹਨੂੰ ਅਸੀਂ ਭੁਲਾਉਂਦੇ ਨੀਗੇ। ਉਹ ਇੱਕ ਪਤਲੀ ਜਿਹੀ ਜਿਹੜੀਆਂ ਤਾਰਾਂ ਵਾ ਨਾ, ਉਹਨੂੰ ਟੁੱਟਣ ਨਹੀਂ ਦਿੰਦੇ ਅਸੀਂ। ਮਤਲਬ ਤੁਸੀਂ ਇਹ ਸਮਝ ਲਓ ਕਿ ਇਹ ਆ ਵੀ ਕਿਤੇ ਬਾਅਦ ਦੇ ਵਿੱਚ ਹਾਲਾਤ ਬਦਲਣ ਅਤੇ ਅਸੀਂ ਇੱਕ ਹੋ ਜਾਈਏ, ਅਤੇ ਉਦੋਂ ਕੋਈ ਇਹੋ ਜਿਹੀ ਗੁੰਜਾਇਸ਼ ਨਹੀਂ ਰਹਿਣੀ ਚਾਹੀਦੀ ਯਾਰ। ਉਦੋਂ ਆਹ ਜਿਹੜੀ ਗੱਲ ਤੋਂ ਨਾ, ਇਹ ਆਕੀ ਨਾ, ਇਹ ਮਾੜੀ ਆਕੀ, ਇਹ ਨਹੀਂ ਕਹਿਣਾ ਚਾਹੀਦਾ। ਨਹੀਂ, ਹਾਂਜੀ ਹਾਂਜੀ, ਪਿੰਡਾਂ ਦੇ ਵਿੱਚ ਹੀ ਹੁੰਦਾ ਵੀ ਉੱਦਾਂ ਦਾ ਨਹੀਂ। ਅੱਜ ਕੱਲ੍ਹ ਖਾਰਾਂ ਬਹੁਤ ਨੇ ਦਿਲਾਂ, ਸ਼ਹਿਰਾਂ ਦੇ ਵਿੱਚ ਤਾਂ ਵੈਸੇ ਹੀ ਇੱਕ ਦੂਜੇ ਨੂੰ ਜਾਣਦੇ ਕੋਈ ਨਹੀਂ ਗਾ। ਹਾਂਜੀ, ਪਤਾ ਨਹੀਂ ਕੌਣ ਕਿੱਥੇ ਰਹਿ ਰਿਹਾ, ਕੌਣ ਕਿੱਥੋਂ ਆਇਆ, ਆਪਣੇ ਆਪਣੇ ਪਰਿਵਾਰ ਵਿੱਚ ਅੰਦਰ ਚਲੇ ਗਏ। ਮਾਇਆ ਦਾ ਇੰਨਾ ਜ਼ਿਆਦਾ ਜ਼ੋਰ ਹੈਗਾ ਕਿ ਸੋਸ਼ਲ ਲਾਈਫ ਜਿਹੜੀ ਹੈ ਨਾ, ਉਹ ਵੀ ਜੇ ਕੋਈ ਥੋੜ੍ਹਾ ਬਹੁਤ ਇੰਜੋਏ ਕਰਦਾ ਤਾਂ ਉਹ ਆਰਟੀਫਿਸ਼ੀਅਲ ਜਿਹੀ ਆ, ਉਹ ਪਿੰਡਾਂ ਵਾਲੀ ਗੱਲ ਨਹੀਂ ਹੈ ਜੀ। ਸੋ ਫਿਲਮ ਦੀ ਗੱਲ ਕਰੀਏ ਕਿ ਦੀਪ ਸਿੱਧੂ ਬਾਈ ਜੀ, ਜੋ ਕਿ ਅੱਜ ਸਾਡੇ ਵਿੱਚ ਨਹੀਂ ਹੈਗੇ, ਤੁਸੀਂ ਉਹਨਾਂ ਨਾਲ ਕੰਮ ਕੀਤਾ ਅਕਸਰ, ਕਿਹੜੀ ਅੱਜ ਤੁਹਾਨੂੰ ਯਾਦ ਲੱਗਦੀ ਆ ਜਿਹੜੀ ਤੁਸੀਂ ਸਾਂਝੀ ਕਰੋਗੇ ਕਿ ਬਾਈ ਅਕਸਰ ਦੀਪ ਹੋਰੀ ਆਹ ਤੁਹਾਡੇ ਨਾਲ ਚਰਚਾ ਕਰਦੇ ਹੁੰਦੇ ਸੀਗੇ ਵੀ ਲੱਗਦਾ ਸੀ ਆਹ ਆਹ ਯਾਦਾਂ ਜਿਹੜੀਆਂ ਤਾਜ਼ਾ ਹੋਈਆਂ? ਦੀਪ ਜਦੋਂ ਵੀ ਮੈਂ ਕੰਮ ਉਹਦੇ ਨਾਲ ਕੀਤਾ, ਬਹੁਤ ਇਨਵੋਲਵ ਹੋ ਕੇ ਕੰਮ ਕਰਦਾ ਸੀ ਇੱਕ, ਹਾਲਾਂਕਿ ਪ੍ਰੋਡਕਸ਼ਨਾਂ ਵੀ ਉਹਨਾਂ ਦੀਆਂ ਆਪਣੀਆਂ ਸੀਗੀਆਂ ਜਿਨ੍ਹਾਂ ਦੇ ਵਿੱਚ ਕੰਮ ਕੀਤਾ, ਪਰ ਉਹ ਕਦੀ ਵੀ ਇਸ ਚੀਜ਼ ਨੂੰ ਆਪਣੇ ਉੱਤੇ ਹਾਵੀ ਨਹੀਂ ਹੋਣ ਦਿੱਤਾ। ਜਦੋਂ ਸੈੱਟ ਦੇ ਉੱਤੇ ਕੰਮ ਕਰ ਰਹੇ ਤਾਂ ਓਨਲੀ ਐਜ਼ ਐਨ ਐਕਟਰ ਹੀ ਇਨਵੋਲਵ ਰਹਿੰਦੇ ਸੀਗੇ। ਹਾਂ, ਉਸ ਤੋਂ ਬਾਅਦ ਉੱਧਰ ਪਾਸੇ ਹੋਏ ਤਾਂ ਬਾਕੀ ਸਾਰੀਆਂ ਜ਼ਿੰਮੇਵਾਰੀਆਂ ਜਿਹੜੀਆਂ ਉਹਨਾਂ ਨੂੰ ਫਿਰ ਹੈਂਡਲ ਸ਼ੁਰੂ ਕਰਨਾ ਵੀ ਆਹ ਕਿਵੇਂ ਕਰਨਾ, ਕੱਲ੍ਹ ਦਾ ਕੀ ਪ੍ਰੋਗਰਾਮ ਸਾਰਾ। ਅਤੇ ਉਹਨੂੰ ਟੀਮ ਹੈ, ਬਹੁਤ ਅੱਛੀ ਟੀਮ ਸੀਗੀ ਉਹਨਾਂ ਦੀ ਜਿਹੜੀ ਸਪੋਰਟਿਵ ਸੀਗੀ, ਅਤੇ ਜਿਸ ਕਰਕੇ ਉਹਨਾਂ ਨੂੰ ਕਦੀ ਵੀ ਇਸ ਚੀਜ਼ ਦਾ ਬੋਝ ਜਿਹੜਾ ਉਹ ਨਹੀਂ ਸੀ ਮਹਿਸੂਸ ਹੁੰਦਾ ਕਿ ਉਹ ਇਹ ਫਿਲਮ ਨੂੰ ਪ੍ਰੋਡਿਊਸ ਵੀ ਕਰ ਰਹੇ ਆ। ਸੈੱਟ ਦੇ ਦੌਰਾਨ ਗੱਲ ਕਰੀਏ, ਕਿਵੇਂ ਦਾ ਲੱਗਦਾ ਸੀ ਕਿ ਫਿਲਮ ਦੇ ਮਾਹੌਲ ਤੋਂ ਲੱਗਦਾ ਕਿ ਪਿੰਡਾਂ ਵਾਲਾ ਮਾਹੌਲ ਸੀਗਾ ਤੁਹਾਡੇ ਦਾ ਜਿਵੇਂ ਅਨੁਕੂਲ? ਇਸ ਕਰਕੇ ਜਿਹੜੀ ਸਾਡੇ ਵਾਲੇ ਆ, ਅਤੇ ਉਹ ਜਿੰਨਾ ਚਿਰ ਵੀ ਅਸੀਂ ਇੱਕ ਮਹੀਨੇ ਦੇ ਲੱਗ ਸਕੇ ਸ਼ੂਟ ਸੀਗਾ ਉਹਦਾ, ਅਤੇ ਉਹ ਬਿਲਕੁਲ ਘਰੇਲੂ ਮਾਹੌਲ ਦੇ ਵਿੱਚ ਹੀ, ਮਤਲਬ ਕੋਈ ਤਾਮ ਝਾਮ ਉਹ ਫਿਲਮ ਵਾਲਾ ਨਹੀਂ ਸੀਗਾ। ਇਸ ਤਰ੍ਹਾਂ ਲੱਗ ਰਿਹਾ ਸੀ ਕਿ ਜਿਸ ਤਰ੍ਹਾਂ ਅਸੀਂ ਉਸ ਉਹਨੇ ਚਿਰ ਵਾਸਤੇ ਲਾਈਫ ਜਿਹੜੀ ਉਸ ਪਿੰਡ ਦੀ ਹੈ ਨਾ, ਉਹਨੂੰ ਜੀ ਰਹੇ ਹਾਂ, ਔਰ ਉਹ ਚੀਜ਼ ਜਿਹੜੀ ਆ ਨਾ ਉਹ ਤੁਹਾਨੂੰ ਫਿਲਮ ਦੇ ਵਿੱਚ ਵੀ ਦੇਖਣ ਨੂੰ ਮਿਲੇਗੀ। ਸਰ, ਜੋ ਤੁਸੀਂ ਨਾ ਬੰਬੇ ਕੰਮ ਕੀਤਾ, ਬਾਲੀਵੁੱਡ ਦੇ ਵਿੱਚ ਕੰਮ ਕੀਤਾ, ਪੰਜਾਬੀ ਸਿਨੇਮੇ ਨੂੰ ਕਿੱਥੇ ਵੇਖਦੇ ਹੋਗੇ? ਲੱਗਦਾ ਵੀ ਜੇ ਪੰਜਾਬੀ ਸਿਨੇਮੇ ਵਿੱਚ ਜਿੱਦਾਂ KGF ਵਰਗੀਆਂ, ਪੁਸ਼ਪਾ ਵਰਗੀਆਂ ਸੰਭਵ ਹੈ ਇੱਥੇ ਫਿਲਮਾਂ ਬਣਨੀਆਂ? ਦੇਖੋ, ਤਾਂ ਬਹੁਤ ਹੀ ਜ਼ਿਆਦਾ ਖਰਚਾ ਕਰਦੇ ਹੋ ਲੋਕ, ਸਾਡੇ ਰਿਸੋਰਸਿਸ ਵੀ ਘੱਟ ਆ, ਸਾਡੇ ਇਨਕਮ ਵੀ ਪੰਜਾਬੀ ਫਿਲਮਾਂ ਦੀ ਘੱਟ ਆ, ਇਸ ਕਰਕੇ ਏਡਾ ਵੱਡੇ ਕੰਮ ਤਾਂ ਬੜਾ ਮੁਸ਼ਕਲ ਆ। ਪਰ ਹੁਣ ਜਿਵੇਂ ਕਿ ਸਾਊਥ ਵਾਲੀਆਂ ਫਿਲਮਾਂ ਡੱਬ ਹੋ ਕੇ ਸਾਨੂੰ ਇੱਥੇ ਮਿਲ ਜਾਂਦੀਆਂ, ਹੌਲੀ ਹੌਲੀ ਹੋ ਸਕਦਾ ਜਿਵੇਂ ਬਾਲੀਵੁੱਡ ਵਾਲੇ ਜਿਹੜੇ ਪੰਜਾਬ ਦੇ ਵਿੱਚ ਆ ਕੇ ਫਿਲਮਾਂ ਕਰ ਰਹੇ ਆ, ਅਤੇ ਅਸੀਂ ਬੜੀ ਮੁਸ਼ਕਿਲ ਦੇ ਨਾਲ ਆਪਣੇ 'ਚੋਂ ਪੰਜਾਬੀ ਥੋੜ੍ਹੀ ਘਟਾਉਣ ਦੀ ਕੋਸ਼ਿਸ਼ ਕੀਤੀ, ਹੁਣ ਉਹਦੇ ਜੀ ਉਹ ਆਪਣੇ ਥੋੜ੍ਹਾ ਨਾ ਫਲੇਵਰ ਉਹ ਪੰਜਾਬੀ ਵਾਲਾ ਚਾਹੀਏ, ਔਰ ਉਸ ਚੀਜ਼ ਦੀ ਡਿਮਾਂਡ ਹੋ ਗਈ ਆ। ਅਤੇ ਹੁਣ ਪੰਜਾਬ ਬੈਕਗਰਾਊਂਡ ਦੇ ਉੱਤੇ ਬਹੁਤ ਫਿਲਮਾਂ ਬਣ ਰਹੀਆਂ ਔਰ ਅੱਗੇ ਵੀ ਬਣਨਗੀਆਂ, ਅਤੇ ਹੋ ਸਕਦਾ ਜਿਹੜੀਆਂ ਪੰਜਾਬੀ ਫਿਲਮਾਂ ਵਾ ਉਹ ਵੀ ਮਤਲਬ ਡੱਬ ਹੋ ਕੇ ਜਾਂ ਕਿਸੇ ਤਰ੍ਹਾਂ ਉਹਨਾਂ ਦਾ ਦਾਇਰਾ ਵਧੇ,
तो असी सानू जो रिटर्न अच्छे आउणगे तो डेफिनेटली भव्यता जी वापन जरा वो आएगा। जिदा साउथ दी फिल्म होंदिया ने जिदा का माहौल दिखाते हैं थोड़ा साढ़े तो यह जो सब्जेक्ट है साढ़े तो सरदार हरी सिंह दलूआ उन्होंने तो फिल्म बन सकती है साढ़े लोग इदा के बहुत मुद्दे ने कि प्रॉब्लम बहुत आ स्क्रिप्ट कई चीज़ा के निकलना पैंदा और हर आदमी की अपनी राय होंगी आ इस करके क्योंकि पिछले दिनों कुछ प्रोजेक्ट बने भी है जिद उत्ते कित ना कि जाके रुकावट पै जाती है इस करके कोई देर नहीं करता बल्कि जिस तरह हरी सिंह नलूए का नाम लिया तो बहुत वड्डी मतलब हॉलीवुड की फिल्म वांग उस लैवल की फिल्म बननी चाहिए। जी जी डेफिनेटली देख लो ना इन्ने साल हो गए साडे हिंदी फिल्मों नूं बनदे आ पर जो एक बाहरले बंदे ने आके गांधी बना दी अज हो सकता हूँ 40-50 साल तो उस फिल्म नूं बनी नूं हो ही गए आ तो हो सकता होर आने वाले 50 साल बाद गांधी नूं भुल के जिहड़ी फिल्म गांधी आ रिचर्ड एटनबरो की उही लोग रैफरेंस के तौर पर आखन भी हाँ गांधी इस तरह का ही सीगा क्योंकि बहुत बहुत क्लोज बनाई भी बहुत मेहनत नाल आ ते डेफिनेटली बहुत ही होपफुल हैं कि क्योंकि रिटर्न भी कई फिल्मों के अच्छे मतलब 50 करोड़ प्लस इस तरह के रिटर्न कुछ कई फिल्मों के आ रहे हैं तो जो अच्छे रिटर्न आएंगे तो लोग खर्चा भी करेंगे। आज जो 2 साल ने इन्हें काफ़ी सारिया सारी किस्म के सारे धंधे उत्ते असर पाया तो फिल्म इंडस्ट्री जी भी उत्तों छूती नहीं हाँ पिछे लै गया सन की लगता कि साडे वाले फिल्म लैके भी लोग कि चीज़ आ जी लैके जाएंगे घर भी यार फिल्म तो आह चीज़ सीखी असी आह चीज़ सूँ वी लगी अपनापन लेके जाएंगे उन्होंने ये नहीं लगेगा कि किसी की एलीनेट हो गया किसी पिंड की कोई कहानी है उन्होंने इस अपनापन मिलेगा हर एक लगेगा हाँ ये मेरे जो लोग तुरे फिरते स्क्रीन के उत्ते इन्हों कहीं वेख्या वा ये जाने पछाने लोग है हाँ जी बिल्कुल डेफिनेटली उन्होंने अपनापन दसेगा उन्होंने जाने पछाने करैक्टर दसणगे जिहड़ा उन्होंने लगेगा हाँ ये मेरे गुआंढ च है मेरे पिंड दे विच है ते उन्हां नाल आइडेंटिफाई करना बड़ा आसान है बहुत ही आसान होगा। बहुत धन्यवाद समा देने लिए फिल्म दियाँ बहुत बहुत मैं ये गल कहना चाहूँगा कि 29 अप्रैल साढ़े वाली जी फिल्म रिलीज़ हो रही है इन थिएटर च वेखना किसी होर प्लेटफॉर्म से इंतजार नहीं करना बिल्कुल नहीं करना बस यो बिल्कुल जी बहुत चंगी गल है कि जे साडे वाला असीं कहने ना जे ये अदाकारा नूं असीं मानदे आ साडे वाले तां उह चीज़ सानूं बरकरार रखनी पऊगी कि सानूं ओरिजिनल चीज़ ही देखनी है सिनेमाघरां दे विच आ 29 अप्रैल नूं ट्रेलर जिन्हां ने वेख लिया ट्रेलर वेखण तों बाद मैनूं लगदा कि सब नूं लगदा भी नहीं यार फिल्म देखनी चाहिए सच्ची देखनी चाहिए आ सानूं रिव्यू जरूर दिओ थिएटरां दे विच आओ ते फिल्म नूं जरूर वेखो। धन्यवाद जी धन्यवाद।